ਏ ਆਕਾਸ਼ਵਾਨੀ ਜੰਮੂ ਹੈ ਉਨ ਤ ਉਸ ਪਵਨ ਵਰਮਾ ਕੋ ਲਾ ਖਬਰਾਂ ਸੁਨੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦਾ ਪਿਛਲੇ ਮਹੀਨੇ ਹੋਇਆ ਦਾ ਇਤਿਹਾਸਿਕ ਰਾਜਕੀ ਅਮਰੀਕੀ ਦੌਰਾ ਇਸ ਦੋਪੱਖੀ ਸਰਬੰਦੇ ਹਸਤੇ ਬੜਾ ਮਹੱਤਵਪੂਰਨ ਹਾ ਇੱਕ ਗੱਲ ਪਹਾਰਚ ਅਮਰੀਕਾ ਦੇ ਰਾਜਦੂਤ ਐਰਿਕ ਗ੍ਰੈਕਿਟੀ ਹੋਰੇ ਆਖੀ ਅਮਰੀਕੀ ਰਾਜਦੂਤ ਹੋਰੇ ਆਖਿਆ ਜੇ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਪਹਿਲੇ ਵੀ ਅੱਛੇ ਰਹੇ ਨੇ ਪਰ ਪ੍ਰਧਾਨ ਮੰਤਰੀ ਮੋਦੀ ਹੁੰਦੇ ਆਨੇ ਕੰਨੇ ਇਨੇ ਰਿਸ਼ਤੇ ਚ ਹੋਰ ਵੀ ਗਹਿਰਾਈ ਤੇ ਮਜ਼ਬੂਤੀ ਆਈ ਹੈ ਪ੍ਰਧਾਨ ਮੰਤਰੀ ਮੋਦੀ ਹੁੰਦੇ ਪਿਛਲੇ ਮਹੀਨੇ ਹੋਏ ਦੇ ਅਮਰੀਕੀ ਦੌਰੇ ਚ ਰਾਸ਼ਟਰਪਤੀ ਜੋਏ ਬਾਡਨ ਕਰਨੇ ਵਿਆਪਕ ਗੱਲਬਾਤ ਹੋਈ ਸੀ ਇਸ ਦੌਰਾਨ ਸ਼੍ਰੀ ਮੋਦੀ ਹੋ ਕੀ ਕਾਂਗਰਸ ਦੇ ਸੰਜੇ ਸੱત્ર ਕੀ ਵੀ ਸੰਬੋਧਿਤ ਕੀਤਾ ਹਾ ਮਨੀਪੁਰ ਦੇ ਕੰਕੋਪਾਈ ਜ਼ਿਲ੍ਹੇ ਚ ਦੋ ਮਹਿਲਾਇਆਂ ਦੇ ਵੀਡੀਓ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹਾ ਉਹਦੇ ਚ ਇੱਕ ਆਦਮੀ ਦੀ ਗ੍ਰਿਫਤਾਰੀ ਕੀਤਾ ਗਿਆ ਹੈ ਇਹ ਘਟਨਾ 4 ਮਈ ਗੀ ਸਾਹਮਣੇ ਆਈ ਹੀ ਜਿਦੇ ਅਰਥਾ ਨਿੰਦੋਈ ਪੁਲਿਸ ਨੇ ਆਖਿਆ ਹੈ ਜੇ ਪਕੜੇ ਗਏ ਆਦਮੀ ਦਾ ਨਾਮ ਹੁਜਰਾਮ ਹੇਰਾਦੇਸ਼ ਸਿੰਘ ਹੈ ਜਿਹੜਾ ਬੁੱਧਵਾਰ ਕੀ ਸਾਹਮਣੇ ਆਏ ਦੇ 26 ਮਿੰਟ ਦੇ ਵੀਡੀਓ ਚ ਫਿਨੋਮ ਗਲਾਂਚ ਪੀੜ ਕੀ ਨਿਰਦੇਸ਼ ਦਿੰਦਾ ਸਾਫ ਲੱਭਾ ਕਰਦਾ ਹੈ ਆਈ ਕੋਰ ਦੇ ਜੱਜੇਗੀ ਚੁਣਨੇ ਤائیں ਚੈਨ ਪ੍ਰਕਿਰਿਆ ਦਾ ਕੋਈ ਸੁਝਾਅ ਨਹੀਂ ਹੈ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਾਵਲ ਨੇ ਰਾਜ ਸਭਾ ਚ ਲਿਖੀ ਜਵਾਬ ਦਿੰਦੇ ਹੋਏ ਆਖਿਆ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤ ਸਰਬੰਧ ਸੰਵਿਧਾਨਿਕ ਤਰੀਕੇ ਕਰਨੇ ਕੀਤੀ ਜਾ ਰਹੀ ਹੈ ਉਨੀ ਆਖਿਆ ਜੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਸੰਵਿਧਾਨ ਦੇ ਅਨੁਛੇਦ 124 127 ਤੇ 224 ਦੇ ਤਹਿਤ ਤੇ ਸੁਪਰੀਮ ਕੋਰਟ ਦੇ 6 ਅਕਤੂਬਰ 1993 ਦੇ ਫੈਸਲੇ ਦੇ ਮਗਰਾ 1998 ਚ ਤਿਆਰ ਕੀਤੇ ਗਏ ਦੀ ਗਿਆਪਨ ਪ੍ਰਕਿਰਿਆ ਦੇ ਤਹਿਤ ਕੀਤੀ ਜਾਂਦੀ ਹੈ ਮੇਗਾਵਲ ਨੇ ਅਨੁਛੇਦ 127 217 ਦਾ ਆਵਾਲਾ ਦਿਨ ਦੇ ਆਖੇਗੇ ਕੋਈ ਵੀ ਵਿਅਕਤੀ ਹਾਈ ਕੋਰਟ ਦੇ ਜੱਜ ਦੀ ਨਿਯੁਕਤੀ ਲਈ ਯੋਗ ਨਹੀਂ ਹੋ ਸਕਦਾ ਹੈ ਅਗਰ ਉਹ ਭਾਰਤ ਦਾ ਨਾਗਰਿਕ ਨਹੀਂ ਹੈ ਤੇ ਉਹ ਘੱਟੋ-ਘੱਟ 10 ਸਾਲ ਤੱਕ ਹਾਈ ਕੋਰਟ ਦਾ ਜਾਂ ਸੈਸ਼ਨ ਕੋਰਟੇ ਦਾ ਵਕੀਲ ਹੋਣਾ ਚਾਹੀਦਾ 1 ਜੁਲਾਈ 2023 ਤੋਂ 333 ਪਦ ਖਾਲੀ ਪਏ ਦੇ ਹੈ ਮੁੱਖ ਸਕੱਤਰ ਡਾਕਟਰ ਅਰਉਂ ਕੁਮਾਰ ਮੈਤਾ ਨੇ ਆਖਿਆ ਜੇ ਜੰਮੂ ਕਸ਼ਮੀਰ ਬਰੇ 224 ਤੱਕ ਗਰੀਬੀ ਕੀ ਪਲਿਆ ਖਤਮ ਕਰਨੇ ਤੇ ਸਭਨੇ ਲਈ ਆਪਣਾ ਘਰ ਦੇ ਲਕਸ਼ਯੇ ਹਾਸਲ ਕਰਨ ਲਈ ਖਰੀ ਚਾਲੀ ਬੱਤੇ ਪਟੋੜਾ ਰਦਾ ਉਹ ਕੱਲ ਸ਼੍ਰੀਨਗਰ ਚ ਜੰਮੂ ਕਸ਼ਮੀਰ ਯੋਜਨਾ ਵਿਕਾਸ ਤੇ ਨਿਗਰਾਨੀ ਮਹਿਕਮੇ ਆਸੇ ਆਯੋਜਿਤ ਇੱਕ ਵਰਕਸ਼ਾਪ ਦੇ ਸਮਾਪਨ ਧਿਆੜੇ ਚ ਮੌਜੂਦ ਹੈ। ਉਨ੍ਹਾਂ ਆਖਿਆ ਜੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਧਿਆਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1,90,000 ਕਰਨੇ ਕੀ ਪੂਰਾ ਕਰਨੇ ਦਾ ਹੈ ਤਾਂ ਜੇ ਸਭਨੇ ਬੇਕਰ ਲੋਕਾਂ ਕੀ ਕਰ ਉਪਲਬਧ ਹੋਈ ਜਾ। ਉਨ੍ਹਾਂ ਅੱਗੇ ਦੱਸਿਆ ਜੇ ਜੰਮੂ ਕਸ਼ਮੀਰ ਚਪਾਰਤ ਮਿਸ਼ਨ ਗ੍ਰਾਮੀਣ ਚ ਸ਼ੀਸ਼ ਰਾਜੇ ਆਲੀ ਰੈਂਕਿੰਗ ਚ ਸ਼ਾਮਿਲ ਹੋਈ ਗਿਆ ਹੈ ਤੇ ਆਰੀ ਕ ਗਰਾਹ ਇਸ ਲਈ ODF+ ਯਾਨੀ ਖੁੱਲੇ ਚ ਸ਼ੌਂਚ ਤੋਂ ਮੁਕਤ ਹੈ ਲੇਕਿਨ ਨਿਰਧਾਰਿਤ ਲਕਸ਼ਯਾਂ ਕੀ ਆਸਲ ਕਰਨ ਲਈ ਅਜੇ ਹੋਰ ਮਤੇ ਜਤਨ ਦੀ ਲੋੜ ਹੈ ਰਾਜ ਸਭਾ ਸਾਂਸਦ ਗੁਲਾਮ ਅਲੀ ਖਟਾਨਾ ਨੇ ਕੱਲ ਨਵੀਂ ਦਿੱਲੀ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨੂ ਦੇ ਕੰਨੇ ਮੁਲਾਟੀ ਕੀਤੀ ਤੇ ਜੰਮੂ ਕਸ਼ਮੀਰ ਦੀ ਜ਼ਮੀਨੀ ਸਥਿਤੀ ਬਾਰੇ ਜਾਣਕਾਰੀ ਉਪਲਬਧ ਕਰਵਾਈ ਸਾਂਸਦ ਹੋਰੇ ਕੇਂਦਰੀ ਮੰਤਰੀ ਹੋਰੇ ਕੀ ਸੁਰੱਖਿਆ ਕਰਨੇ ਜੁੜੇ ਦੇ ਮਾਮਲੇ SC ਐਸਟੀ ਓਬੀਸੀ ਕਰਮਚਾਰੀ ਦੀ ਤਰੱਕੀ ਵਿਕਾਸ ਜ਼ਰੂਰਤਾਂ ਖੇ ਡੇਟਾ ਚ ਕੀ ਕਾਇਮ ਬਣਾਣੇ ਤੇ ਵਰਿਸ਼ਟ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜ਼ਿਲ੍ਹੇ ਤੇ ਬਲਾਕ ਸਤਾ ਪਰ ਨਿਯੁਕਤ ਦੌਰੇ ਲਾਣੇ ਬਾਰੇ ਵੀ ਆਖਿਆ ਉਹਨੇ ਗਲਾਇਆ ਜੇ ਦਫਾ 370 ਦੇ 8 ਮਗਰਮ ਪ੍ਰਦੇਸ਼ ਚ ਉਹ ਆਕਰ ਦੇ ਵਿਕਾਸ ਕਿ ਲਈਏ ਲੋਕ ਖੁਸ਼ ਨਾ ਉਹਨੇ ਸੈਲਸਫਾ ਦੇ ਸਮਰਥ ਕੀ ਔਰ ਬਧਾਨੇ ਖਾਸ ਤੌਰ ਉਪਰ ਡੋਡਾ ਕੀਸ਼ਤਵਾਰ ਰਜੋੜੀ ਪੁੰਚ ਬਾਂਡੀਪੂਰਾ ਤੇ ਕੁਪਵਾਰਾ ਲਾਕੇ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਓ ਨੇ ਖਟਾਨਾਉਂ ਦੇ ਆਸਿਆ ਪੁੱਟੇਗੇ ਦੇ ਮਾਮਲੇ ਦੇ ਅਲਦਾ ਪ੍ਰੋਸਾ ਦੋ ਆਇਆ ਪੁਲਸ ਮਹਾਂ ਨਿਰਦੇਸ਼ਕ ਦਿਲਬਾ ਸਿੰਘੋ ਨੇ ਅਫਸਰਾਂ ਨੂੰ ਹਿਦਾਇਤ ਦਿੱਤੀ ਐਜ ਉਹ ਲੋਕਾਂ ਦੀ ਸੁਰੱਖਿਆ ਕੀ ਯਕੀਨੀ ਬਣਾਉਣ ਲਈ ਉਹਨੇ ਤੱਤਵੇਂ ਕਰਨੇ ਨਿਵੇੜਨੇ ਲਈ ਜਿਹੜੇ ਇਸ ਸ਼ਾਂਤੀ ਕੀ ਭੰਗ ਕਰਨਾ ਚਾਹੁੰਦੇ ਨੇ ਅਪਣਾਏ ਜਾਣ ਵਾਲੀ ਕਾਰਜਾਈਆਂ ਦਾ ਪਰਤੀਏ ਇਸ ਨਵੇਂ ਸਿਰੇ ਆਲੰਕਨ ਕਰਨ ਡੀਜੀਪੀ ਹੋਰੇ ਉਹਨੇ ਲੋਕਾਂ ਜਿਹੜਾ ਆਤੰਗਵਾਦੀ ਦੀ ਮਦਦ ਕਰਦੇ ਨੇ ਤਾਂ ਜੇ ਉਹ ਆਪਣੇ ਮਨਸੂਬੇ ਕੀ ਕਾਇਮ ਬਣਾ ਸਕਣ ਥਾਮਾ ਹੋਰ ਮਤੇ ਸੋਗੇ ਤੇ ਸਤਰ ਕਰੋਣੇ ਲਈ ਗਲਾਇਆ ਉਹਨੇ ਅਫਸਰਾਂ ਕੀ ਹਿਦਾਇਤ ਦਿੱਤੀ ਜੇ ਉਹ ਜੰਮੂ ਕਸ਼ਮੀਰ ਕੀ ਆਤੰਗਵਾਦ ਥਮ ਮੁਕਤ ਨਿਲੇ ਲਈ ਆਪਣੇ ਸਾਰੇ ਯਤਨ ਲਾਨ ਉਹਨੇ ਸ਼੍ਰੀ ਅਮਨਾਤ ਜੀ ਦੀ ਯਾਤਰਾ ਕੀ ਸੁਚਾਰੂ ਵਿਵਸਥਾ ਤੇ ਰਮਾਨਦਾਰੀ ਤੇ ਸੁਰੱਖਿਤ ਤਰੀਕੇ ਕਰਨੇ ਕਰਵਾਉਣ ਲਈ ਸਭੇ ਲੋਚ ਦੇ ਯਤਨ ਕਰਨੇ ਲਈ ਗਲਾਇਆ ਉਹਨੇ ਅਫਸਰਾਂ ਪਰ ਆਪਣੇ ਜਤਨੇਗੀ ਬਰੋਬਰ جاری ਰੱਖਣੇ ਪਰ ਬਲ ਦਿੱਤਾ ਤਾਂ ਜੋ ਯਾਤਰਾ ਕੀ ਸਫਲਤਾ ਪੂਰਨ ਸੰਪੰਨ ਕਰਵਾਈ ਜਾ ਸਕੇ ਡੀਜੀਪੀ ਹੋਰੇ ਦੱਖਣੀ ਕਸ਼ਮੀਰ ਦੇ ਅਨੰਤਨਾ ਜ਼ਿਲ੍ਹੇ ਦਾ ਦੌਰਾ ਲਾਇਆ ਤੇ ਪੁਲਿਸ ਸੈਨਾ ਤੇ ਸੀਆਰਪੀਐਫ ਦੇ ਅਫਸਰਾਂ ਕੰਨੇ ਬੈਠਕ ਲਈ ਤੇ ਦੱਖਣੀ ਕਸ਼ਮੀਰ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਤਾਂ ਖਾਸ ਤੌਰ ਉੱਪਰ ਚਲਾਦੀ ਸ਼੍ਰੀ ਅਮਨਾਜੀ ਦੀ ਯਾਤਰਾ ਕੀ ਦਿਖਦੀ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ ਆਖਿਆ ਜੇ ਪੂਰੀ ਦੁਨੀਆ ਚ ਰੋਜ਼ਗਾਰ ਦੇ ਖੇਤਰ ਚ ਵੱਡਾ ਬੜਾ ਵੱਡਾ ਬਦਲਾਵ ਆਵਰਦਾ ਹੈ ਤੇ ਅਸੀਂ ਕਿ ਇਸ ਵੱਡੇ ਬਦਲਾਵ ਲਈ ਬੜੀ ਜ਼ਿੰਮੇਵਾਰੀ ਤੇ ਕਾਰਗਰ ਰਣਨੀਤੀ ਬਣਾਈ ਲੈਣੀ ਰੋਚਦੀ ਹੈ ਪ੍ਰਧਾਨ ਮੰਤਰੀ ਹੋਰੇ ਅੱਜ Madhya Pradesh ਦੇ Indore ਚ G20 ਸ਼੍ਰਮ ਤੇ ਰੋਜ਼ਗਾਰ ਮੰਤਰੀ ਦੀ ਬੈਠਕ ਗੀ ਵੀਡੀਓ ਰਾਹੀਂ ਸੰਬੋਧਿਤ ਕਰਦੇ ਹੋਏ ਆਖਿਆ ਉਹਨੇ ਆਖਿਆ ਜੇ ਇਹ ਦੋਰਾ ਚੌਥੀ ਉਦਯੋਗੀ ਕ੍ਰਾਂਤੀ ਦਾ ਹੈ ਤੇ ਟੈਕਨੋਲੋਜੀ ਇਹਦੇ ਚ ਮੁੱਖ ਚਾਲਕ ਬਣ ਸਕਦੀ ਹੈ ਇਹਦੇ ਕੰਨੇ ਕੇ ਖਬਰੇਦਾਰ ਬੁਲੇਟਿਨ ਸਮਾਪਤ ਹੋਆ